ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇਲੈਕਟ੍ਰੀਕਲ ਸੇਫਟੀ ਚੈਨਲ ਵਿੱਚ। ਅੱਜ ਦੀ ਵੀਡੀਓ ਵਿੱਚ ਅਸੀਂ ਆਪਣੇ ਘਰ ਵਿੱਚ ਵਰਤੇ ਜਾਣ ਵਾਲੇ ਰੂਮ ਹੀਟਰ ਦੀ ਵਾਇਰਿੰਗ ਕਿਸ ਤਰ੍ਹਾਂ ਕਰ ਸਕਦੇ ਹਾਂ ਔਰ ਇਸ ਦੀ ਜੋ ਇਹ ਹੀਟਰ ਰੋਡ ਜੋ ਸੜ ਜਾਂਦੀ ਹੈ ਇਸ ਨੂੰ ਅਸੀਂ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ, ਇਸ ਉੱਪਰ ਅਸੀਂ ਅੱਜ ਇਹ ਵੀਡੀਓ ਬਣਾਵਾਂਗੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਵਿੱਚ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ ਔਰ ਆਲ ਬੈਲ ਆਈਕਨ ਨੂੰ ਜ਼ਰੂਰ ਦਬਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਸੋ ਸ਼ੁਰੂ ਕਰਦੇ ਆਪਾਂ ਇਸ ਦੇ ਨਾਲ ਅਸੀਂ ਇਹ ਵੀਡੀਓ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਦੋ ਹੀਟਰ ਰੋਡ ਹੈ, ਇਹਨਾਂ ਦੋਵਾਂ ਹੀਟਰ ਰੋਡ ਨੂੰ ਅਸੀਂ ਲਗਾਵਾਂਗੇ ਔਰ ਇਸ ਦੇ ਨਾਲ ਹੀ ਇਹ ਤੁਸੀਂ ਦੇਖ ਸਕਦੇ ਹੋ ਜੋ ਇਹ ਇਸ ਦਾ ਪਲਾਸਟਿਕ ਦਾ ਕਵਰ ਹੈ ਔਰ ਇਸ ਦੇ ਦੋ ਸਵਿੱਚ ਹਨ, ਇਸ ਵਿੱਚੋਂ ਇੱਕ ਸਵਿੱਚ ਖਰਾਬ ਹੈ, ਠੀਕ ਹੈ। ਇਹ ਇਸ ਦੀ ਬੈਕ ਵਾਲਾ ਕਵਰ ਹੈ ਜਿਸ ਵਿੱਚ ਇਸ ਨੂੰ ਅਸੀਂ ਪੂਰੀ ਤਰ੍ਹਾਂ ਫਿਟਿੰਗ ਕਰਾਂਗੇ। ਸੋ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਅਸੀਂ ਰੋਡ ਨੂੰ ਕਿਸ ਤਰ੍ਹਾਂ ਲਗਾ ਸਕਦੇ ਹਾਂ, ਅਸੀਂ ਮਤਲਬ ਇਸ ਦੀ ਰੋਡ ਨੂੰ ਅਸੀਂ ਇਸ ਪੱਥਰ ਵਿੱਚ ਕਿਸ ਤਰ੍ਹਾਂ ਫਿੱਟ ਕਰ ਸਕਦੇ ਹਾਂ। ਜੋ ਇਹ ਸਾਡਾ ਸਟੀਲ ਵਾਲਾ ਜੋ ਪੱਥਰ ਹੁੰਦਾ ਹੈ ਇਹ ਬਹੁਤ ਤਿੱਖਾ ਹੁੰਦਾ ਹੈ, ਬਹੁਤ ਧਿਆਨ ਨਾਲ ਇਸ ਨੂੰ ਖੋਲ੍ਹਿਆ ਕਰਿਓ ਨਹੀਂ ਤਾਂ ਤੁਹਾਡਾ ਹੱਥ ਕੱਟ ਸਕਦਾ ਹੈ। ਸੋ ਇਸ ਵਿੱਚ ਅਸੀਂ ਇਹ ਰੋਡ ਦੋਵੇਂ ਲਗਾਉਣੀਆਂ ਹਨ, ਕਿਸ ਤਰ੍ਹਾਂ ਲਗਾ ਸਕਦੇ ਹਾਂ ਇਸ ਬਾਰੇ ਤੁਹਾਨੂੰ ਪੂਰਾ ਦੱਸਾਂਗੇ, ਪਰ ਵੀਡੀਓ ਨੂੰ ਪਲੀਜ਼ ਪੂਰਾ ਦੇਖਿਓ, ਠੀਕ ਹੈ। ਹੁਣ ਇਸ ਨੂੰ ਅਸੀਂ ਲਗਾਉਣ ਵਾਸਤੇ ਕੀ ਕਰਾਂਗੇ, ਤੁਸੀਂ ਇਹ ਦੇਖ ਸਕਦੇ ਹੋ ਇਹਦੇ ਲੋਕ ਬਣੇ ਹੋਏ ਹਨ ਕੁਝ ਇਸ ਪ੍ਰਕਾਰ ਨਾਲ। ਇਹਨਾਂ ਲੋਕਾਂ ਨੂੰ ਅਸੀਂ ਖੋਲ੍ਹ ਕੇ ਇਸ ਦੇ ਇੱਕ ਸਾਈਡ ਤੋਂ ਅਸੀਂ ਰੋਡ ਨੂੰ ਅੰਦਰ ਕਰ ਦੇਵਾਂਗੇ। ਸੋ ਇਸ ਨੂੰ ਤੁਹਾਨੂੰ ਖੋਲ੍ਹ ਕੇ ਦਿਖਾਉਂਦੇ ਹਾਂ, ਦੇਖ ਸਕਦੇ ਹੋ ਤੁਸੀਂ ਇਸ ਦੇ ਇੱਕ ਲੋਕ ਨੂੰ ਅਸੀਂ ਖੋਲ੍ਹ ਲੈਂਦੇ ਹਾਂ। ਬਹੁਤ ਧਿਆਨ ਨਾਲ ਖੋਲ੍ਹਿਓ ਕਿਉਂਕਿ ਇਸ ਦਾ ਲੋਕ ਜੋ ਹੁੰਦਾ ਹੈ ਇਹ ਤਿੱਖਾ ਬਹੁਤ ਹੁੰਦਾ ਹੈ, ਇਸ ਨੂੰ ਅਸੀਂ ਨੋਰਮਲ ਹੱਥ ਨਾਲ ਖੋਲ੍ਹਾਂਗੇ ਤਾਂ ਕੱਟ ਲੱਗ ਸਕਦਾ ਹੈ, ਪਰ ਅਸੀਂ ਇਸ ਦੇ ਉੱਪਰ ਹਲਕਾ ਹਲਕਾ ਰੇਤੀ ਫੇਰੀ ਵੀ, ਇਸ ਕਰਕੇ ਇਹ ਥੋੜ੍ਹਾ ਤਿੱਖਾ ਨਹੀਂ ਹੈ, ਇਸ ਕਰਕੇ ਅਸੀਂ ਹੱਥ ਦੇ ਨਾਲ ਖੋਲ੍ਹਦੇ ਪਏ ਹਾਂ, ਤੁਸੀਂ ਪਲਾਸ ਦੀ ਮਦਦ ਨਾਲ ਖੋਲ੍ਹਿਓ। ਸੋ ਅਸੀਂ ਇਸ ਦਾ ਇਹ ਲੋਕ ਜੋ ਹੈ ਖੋਲ੍ਹ ਲਿਆ ਹੈ, ਦੇਖ ਸਕਦੇ ਹੋ ਤੁਸੀਂ। ਇਸ ਲੋਕ ਨੂੰ ਅਸੀਂ ਲਗਾਉਣਾ ਕਿਸ ਤਰ੍ਹਾਂ ਹੈ ਰੋਡ ਵਿੱਚ, ਇਹ ਜੋ ਰੋਡ ਦਾ ਕੱਟ ਹੁੰਦਾ ਹੈ ਨਾ, ਜੋ ਇਹ ਕੱਟ ਹੈ ਇਸ ਦੇ ਇਹ ਲੋਕ ਵਾਲੇ ਕੱਟ ਵਿੱਚ ਫਸ ਜਾਂਦਾ ਹੈ ਕੁਛ ਇਸ ਤਰੀਕੇ ਨਾਲ। ਜਦੋਂ ਅਸੀਂ ਇਸ ਨੂੰ ਫਸਾਵਾਂਗੇ ਤਾਂ ਇਹ ਸਾਡੀ ਰੋਡ ਹਿੱਲੇਗੀ ਨਹੀਂ। ਸੋ ਹੁਣ ਅਸੀਂ ਇਸ ਨੂੰ ਆਪਣੀ ਰੋਡ ਨੂੰ ਅੰਦਰ ਲਗਾਵਾਂਗੇ, ਜੋ ਇਹ ਰੋਡ ਹੈ ਇਸ ਤਰੀਕੇ ਨਾਲ ਹੋਲ ਵਿੱਚ ਫਸੇਗੀ, ਇਸ ਤਰੀਕੇ ਨਾਲ ਅਸੀਂ ਰੋਡ ਨੂੰ ਲਗਾਵਾਂਗੇ। ਇੱਕ ਸਾਈਡ ਤੋਂ ਅਸੀਂ ਜਿੱਧਰੋਂ ਲੋਕ ਖੋਲ੍ਹ ਲਿਆ ਸੀ ਉਸ ਸਾਈਡ ਤੋਂ ਅਸੀਂ ਆਪਣੀ ਰੋਡ ਨੂੰ ਅੰਦਰ ਕਰ ਦਿੱਤਾ ਔਰ ਦੂਸਰੇ ਪਾਸੇ ਜੋ ਲੋਕ ਹੈ ਉਸ ਵਿੱਚ ਇਹ ਫਸ ਜਾਵੇਗੀ ਕੁਛ ਇਸ ਤਰੀਕੇ ਨਾਲ। ਰੋਡ ਲਗਾਉਣ ਤੋਂ ਬਾਅਦ ਜੋ ਅਸੀਂ ਲੋਕ ਖੋਲ੍ਹਿਆ ਸੀ, ਜਿਸ ਤਰੀਕੇ ਨਾਲ ਆਪਣਾ ਜੋ ਲੋਕ ਖੋਲ੍ਹਿਆ ਸੀ ਉਸ ਤਰੀਕੇ ਨਾਲ ਰੋਡ ਦੇ ਕੱਟ ਨੂੰ ਮਿਲਾ ਕੇ ਲਗਾ ਦਿਓ ਤਾਂ ਕਿ ਸਾਡੀ ਜੋ ਰੋਡ ਹੈ ਉਹ ਹਿੱਲੇ ਨਾ ਔਰ ਬਾਹਰ ਨਾ ਡਿੱਗੇ ਕੁਛ ਇਸ ਤਰੀਕੇ ਨਾਲ। ਅਸੀਂ ਰੋਡ ਨੂੰ ਟਾਈਟ ਕਰ ਦਿੱਤਾ ਹੈ, ਦੋਵਾਂ ਪਾਸੇ ਅਸੀਂ ਲੋਕ ਲਗਾ ਦਿੱਤੇ ਹਨ, ਦੇਖ ਸਕਦੇ ਹੋ ਤੁਸੀਂ ਇਹ ਜੋ ਹੈ ਦੋਵੇਂ ਪਾਸੇ ਲੋਕ ਲੱਗੇ ਹੋਏ ਹਨ ਅਤੇ ਇਸ ਨਾਲ ਸਾਡੀ ਜੋ ਰੋਡ ਹੈ ਇਹ ਨਹੀਂ ਹਿੱਲਦੀ। ਹੁਣ ਅਸੀਂ ਇਸੇ ਤਰੀਕੇ ਨਾਲ ਦੂਸਰੀ ਵਾਲੀ ਰੋਡ ਨੂੰ ਵੀ ਲਗਾਵਾਂਗੇ, ਜਿਸ ਤਰੀਕੇ ਨਾਲ ਕਿ ਅਸੀਂ ਇੱਕ ਪਾਸਿਓ ਦੇਖ ਸਕਦੇ ਤੁਸੀਂ ਇਸਦਾ ਲੋਕ ਖੋਲ੍ਹਿਆ ਹੋਇਆ ਔਰ ਇੱਕ ਪਾਸੇ ਲੱਗਾ ਹੋਇਆ ਹੈ। ਜਿਸ ਪਾਸਿਓ ਅਸੀਂ ਲੋਕ ਖੋਲ੍ਹਿਆ ਹੈ ਉਸ ਸਾਈਡ ਤੋਂ ਅਸੀਂ ਇਸ ਰੋਡ ਨੂੰ ਲਗਾਵਾਂਗੇ, ਇਹ ਅੰਦਰੋਂ ਦੀ ਰੋਡ ਨਹੀਂ ਲੱਗੇਗੀ, ਦੇਖ ਸਕਦੇ ਹੋ ਤੁਸੀਂ ਇਸ ਨੂੰ ਤੁਸੀਂ ਬਾਹਰਲੀ ਸਾਈਡ ਤੋਂ ਹੀ ਲਗਾ ਸਕਦੇ ਹੋ ਕੁਛ ਇਸ ਤਰੀਕੇ ਨਾਲ। ਅੰਦਰੋਂ ਇਸ ਨੂੰ ਹੋਲ ਵਿੱਚ ਪਾਓਗੇ ਜਿਸ ਤਰਫ ਤੋਂ ਤੁਸੀਂ ਲੋਕ ਖੋਲ੍ਹਦੇ ਹੋ ਔਰ ਦੂਸਰੇ ਪਾਸੇ ਜੋ ਲੋਕ ਲੱਗਾ ਹੈ ਉਸ ਦੇ ਕੱਟ ਵਿੱਚ ਇਸ ਨੂੰ ਫਸਾ ਦਿਓ, ਠੀਕ ਹੈ। ਇਸ ਨੂੰ ਫਸਾਉਣ ਤੋਂ ਬਾਅਦ ਸੇਮ ਉਸੇ ਤਰੀਕੇ ਨਾਲ ਆਪਣੀ ਰੋਡ ਨੂੰ ਲੋਕ ਕਰਕੇ ਦੇਖ ਸਕਦੇ ਹੋ ਤੁਸੀਂ, ਅਸੀਂ ਲੋਕ ਕਰ ਦਿੱਤਾ ਔਰ ਦੋਵਾਂ ਰੋਡਾਂ ਨੂੰ ਅਸੀਂ ਹਿਲਾ ਕੇ ਦੇਖ ਰਹੇ ਹਾਂ, ਬਿਲਕੁਲ ਨਹੀਂ ਹਿਲ ਰਹੀ ਨਾ ਇਹ ਬਾਹਰ ਡਿੱਗ ਰਹੀ ਹੈ। ਸੋ ਇਸ ਤਰੀਕੇ ਨਾਲ ਤੁਸੀਂ ਆਪਣੇ ਲੋਕ ਨੂੰ ਟਾਈਟ ਕਰਕੇ ਆਪਣੀ ਰੋਡ ਨੂੰ ਬਾਹਰ ਡਿੱਗਣ ਤੋਂ ਔਰ ਹਿੱਲਣ ਤੋਂ ਰੋਕ ਸਕਦੇ ਹੋ। ਸੋ ਲੋਕ ਦਾ ਇਹ ਕੰਮ ਹੁੰਦਾ ਹੈ। ਹੁਣ ਅਸੀਂ ਕੀ ਕਰਾਂਗੇ, ਇਸ ਰੋਡ ਲੱਗੀ ਹੋਈ ਪੱਤਰੇ ਨੂੰ ਅਸੀਂ ਇਸ ਦੇ ਬੇਸ ਵਿੱਚ ਲਗਾਵਾਂਗੇ, ਜੋ ਇਹ ਪਲਾਸਟਿਕ ਦਾ ਕਵਰ ਹੈ ਇਸ ਵਿੱਚ ਲਗਾ ਦੇਵਾਂਗੇ। ਸੋ ਅਸੀਂ ਇਸ ਨੂੰ ਲਗਾਵਾਂਗੇ, ਇਸ ਦੇ ਨਾ ਸਕਰੂ ਲੱਗੇ ਹੁੰਦੇ ਹਨ ਇਸ ਵਿੱਚ, ਸੋ ਦੇਖ ਸਕਦੇ ਤੁਸੀਂ, ਤੁਹਾਨੂੰ ਦਿਖਾਉਂਦੇ ਹੁਣੇ ਇਸ ਵਿੱਚ ਕਿੱਥੇ ਟਾਈਟ ਹੁੰਦਾ ਹੈ, ਇਹ ਇਸ ਦੇ ਸਕਰੂ ਦੇ ਨਿਸ਼ਾਨ ਬਣੇ ਹੋਏ ਹਨ, ਇਹਨਾਂ ਵਿੱਚ ਅਸੀਂ ਇਸ ਦੇ ਸਕਰੂ ਨੂੰ ਟਾਈਟ ਕਰ ਦੇਵਾਂਗੇ। ਇਸ ਤਰੀਕੇ ਨਾਲ ਅਸੀਂ ਇਸ ਦੇ ਸਕਰੂ ਨੂੰ ਟਾਈਟ ਕਰ ਦਿੱਤਾ, ਜਿਸ ਨਾਲ ਕਿ
ਸਾਡਾ ਜੋ ਇਹ ਰੋਡ ਵਾਲਾ ਬੇਸ ਹੈ ਇਸ ਦੇ ਕਵਰ ਨਾਲ ਚੰਗੀ ਤਰ੍ਹਾਂ ਲੱਗ ਗਿਆ ਹੈ ਤਾਂ ਕਿ ਇਹ ਡਿੱਗੇ ਨਾ। ਹੁਣ ਅਸੀਂ ਇਸਦੀ ਵਾਇਰਿੰਗ ਕਰਾਂਗੇ। ਵਾਇਰਿੰਗ ਕਿਸ ਤਰ੍ਹਾਂ ਕਰਾਂਗੇ ਦੇਖ ਸਕਦੇ ਹੋ ਤੁਸੀਂ, ਦੋਨਾਂ ਤਰਫ ਇੱਕ ਇੱਕ ਸਿਰਾ ਦੋਵਾਂ ਟਿਊਬਾਂ ਦਾ ਹੈਗਾ ਹੈ। ਹੁਣ ਅਸੀਂ ਕੀ ਕਰਾਂਗੇ, ਜੋ ਇਸ ਸਾਈਡ 'ਤੇ ਅਸੀਂ ਨਿਊਟਰਲ ਦੇ ਦੇਵਾਂਗੇ, ਮਤਲਬ ਕਾਲੀ ਤਾਰ ਦੇ ਦੇਵਾਂਗੇ, ਨਿਊਟਰਲ ਦਾ ਲੂਪ ਕਰ ਦੇਵਾਂਗੇ ਔਰ ਇਸ ਤਰਫ ਫੇਸ ਦਾ ਲੂਪ ਕਰ ਦੇਵਾਂਗੇ। ਠੀਕ ਹੈ, ਜੋ ਇਹ ਸਵਿੱਚ ਤੋਂ ਤਾਰ ਆ ਰਹੀ ਹੈ ਦੇਖ ਸਕਦੇ ਹੋ ਤੁਸੀਂ, ਇਸ ਦਾ ਇੱਕ ਸਵਿੱਚ ਤੁਹਾਨੂੰ ਦੱਸਿਆ ਸੀ ਖਰਾਬ ਹੈ, ਇਹ ਵਾਲਾ ਚੱਲਦਾ ਹੈ ਜਿਸ ਨੂੰ ਅਸੀਂ ਦੱਬ ਰਹੇ ਹਾਂ। ਸੋ ਇਸ ਸਵਿੱਚ ਤੋਂ ਅਸੀਂ ਲਾਈਨ ਨੂੰ ਕੰਟਰੋਲ ਕਰਾਂਗੇ, ਮਤਲਬ ਜੋ ਇਹ ਇੱਕ ਸਾਈਡ ਨੂੰ ਅਸੀਂ ਲਾਈਨ ਦੀ ਲੂਪ ਕਰ ਦੇਵਾਂਗੇ, ਜੋ ਇਹਨਾਂ ਟਿਊਬਾਂ ਦੇ ਵਿੱਚ ਜੋ ਇਹ ਹੀਟਰ ਰੋਡ ਹੈ ਇਹਨਾਂ ਦੋਵਾਂ ਵਿੱਚ ਅਸੀਂ ਲਾਈਨ ਨੂੰ ਲੂਪ ਕਰ ਦੇਵਾਂਗੇ ਕੁਛ ਇਸ ਤਰੀਕੇ ਨਾਲ। ਅਸੀਂ ਸਵਿੱਚ ਤੋਂ ਲਾਈਨ ਲਈ ਔਰ ਅਸੀਂ ਇਸ ਦੇ ਦੋਨਾਂ ਸਿਰਿਆਂ 'ਤੇ ਅਸੀਂ ਲਾਈਨ ਨੂੰ ਲੂਪ ਕਰ ਦਿੱਤਾ। ਹੁਣ ਦੂਸਰੇ ਜੋ ਇਹ ਦੋ ਸਿਰੇ ਹਨ ਇਹਨਾਂ ਵਿੱਚ ਅਸੀਂ ਨਿਊਟਰਲ ਨੂੰ ਲੂਪ ਕਰ ਦੇਵਾਂਗੇ ਕੁਛ ਇਸ ਤਰੀਕੇ ਨਾਲ, ਔਰ ਨਿਊਟਰਲ ਲੂਪ ਕਰਨ ਤੋਂ ਬਾਅਦ ਅਸੀਂ ਇਹਨਾਂ ਲਾਈਨ ਔਰ ਨਿਊਟਰਲ ਨੂੰ ਅਸੀਂ ਮੇਨ ਲਾਈਨ ਨਾਲ ਕਨੈਕਟ ਕਰ ਦੇਵਾਂਗੇ। ਸੋ ਤੁਹਾਨੂੰ ਅੱਗੇ ਇਹ ਦੱਸਦੇ ਹਾਂ ਕਿਸ ਤਰ੍ਹਾਂ ਕਰਾਂਗੇ। ਸੋ ਇਸ ਦੀ ਵਾਇਰਿੰਗ ਕਿਸ ਤਰ੍ਹਾਂ ਹੈ ਦੇਖ ਸਕਦੇ ਤੁਸੀਂ, ਜੋ ਨਿਊਟਰਲ ਹੈ ਜੋ ਇਹ ਕਾਲੀ ਵਾਲੀ ਤਾਰ ਹੈ ਇਸ ਨੂੰ ਅਸੀਂ ਮੇਨ ਤਾਰ ਦੀ ਜੋ ਆ ਰਹੀ ਹੈ ਉਸ ਦੇ ਨਾਲ ਕਨੈਕਟ ਕੀਤਾ, ਔਰ ਉਹ ਜੇ ਲਾਲ ਵਾਲੀ ਤਾਰ ਨੂੰ ਅਸੀਂ ਸਵਿੱਚ ਵਿੱਚ ਦੇ ਦਿੱਤਾ ਜਿਸ ਨਾਲ ਕਿ ਸਾਡੀ ਜੋ ਇਹ ਰੋਡ ਹੈ ਇਸ ਸਵਿੱਚ ਦੇ ਨਾਲ ਕੰਟਰੋਲ ਹੋਵੇ, ਮਤਲਬ ਔਨ ਆਫ ਹੋਵੇ। ਹੁਣ ਅਸੀਂ ਇਸ ਨੂੰ ਚਲਾ ਕੇ ਤੁਹਾਨੂੰ ਦਿਖਾਵਾਂਗੇ ਕਿ ਇਹ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ। ਸੋ ਦੇਖ ਸਕਦੇ ਹੋ ਤੁਸੀਂ, ਅਸੀਂ ਇਸ ਵਿੱਚ ਤਾਰ ਲਗਾ ਦਿੱਤੀ ਹੈ ਬੋਰਡ ਦੇ ਨਾਲ, ਔਰ ਦੇਖ ਸਕਦੇ ਹੋ ਤੁਸੀਂ ਥੋੜ੍ਹਾ ਜਿਹਾ ਤਾਰ ਹਿੱਲ ਰਹੀ ਹੈ ਜਿਸ ਦੇ ਕਰਕੇ ਇਹ ਚਾਲੂ ਨਹੀਂ ਹੋ ਰਿਹਾ। ਹੁਣ ਦੇਖ ਸਕਦੇ ਤੁਸੀਂ ਬਿਲਕੁਲ ਪਰਫੈਕਟ ਵਰਕਿੰਗ ਵਿੱਚ ਕੰਮ ਕਰ ਰਿਹਾ ਹੈ ਕਿ ਇਸ ਦੀ ਵਾਇਰਿੰਗ ਵੀ ਸਹੀ ਤਰੀਕੇ ਨਾਲ ਲੱਗੀ ਹੋਈ ਹੈ ਔਰ ਇਸ ਦੀ ਟਿਊਬ ਨੂੰ ਵੀ ਅਸੀਂ ਚੰਗੇ ਤਰੀਕੇ ਨਾਲ ਲਗਾਇਆ ਹੋਇਆ ਹੈ। ਚਲੋ ਅਸੀਂ ਇਸ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਤੁਹਾਨੂੰ ਚਲਾ ਕੇ ਦਿਖਾਵਾਂਗੇ। ਸੋ ਅਸੀਂ ਇਸ ਦੇ ਬੈਕਰ ਨੂੰ ਕਵਰ ਨੂੰ ਵੀ ਲਗਾ ਲਿਆ ਹੈ, ਦੇਖ ਸਕਦੇ ਹੋ ਤੁਸੀਂ ਇਸ ਦੇ ਬੈਕ ਕਵਰ ਨੂੰ ਔਰ ਫਰੰਟ ਕਵਰ ਨੂੰ ਚੰਗੇ ਤਰੀਕੇ ਨਾਲ ਨਟ ਸਕਰੂ ਦੇ ਨਾਲ ਟਾਈਟ ਕਰ ਲਿਆ ਹੈ, ਔਰ ਹੁਣ ਅਸੀਂ ਤੁਹਾਨੂੰ ਇਸ ਨੂੰ ਚਲਾ ਕੇ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਸਹੀ ਤਰੀਕੇ ਨਾਲ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ। ਇਸ ਦੇ ਸਵਿੱਚ ਦੇ ਨਾਲ ਵੀ ਤੁਹਾਨੂੰ ਚਾਲੂ ਕਰਕੇ ਦਿਖਾਵਾਂਗੇ। ਸੋ ਅਸੀਂ ਇਸ ਦੀ ਤਾਰ ਲਗਾ ਕੇ ਤੁਹਾਨੂੰ ਦਿਖਾਉਂਦੇ ਹਾਂ, ਜੋ ਇਸ ਦਾ ਸਵਿੱਚ ਹੈ ਸਵਿੱਚ ਦੇ ਥਰੂ ਹੀ ਇਹ ਕੰਟਰੋਲ ਹੋਵੇਗਾ। ਹੁਣ ਦੇਖਿਓ ਤੁਸੀਂ, ਅਸੀਂ ਇਸ ਦਾ ਸਵਿੱਚ ਦੱਬਿਆ। ਸੋ ਦੇਖ ਸਕਦੇ ਹੋ ਤੁਸੀਂ ਸਵਿੱਚ ਦੱਬਣ ਦੇ ਨਾਲ ਸਾਡੀ ਜੋ ਰੋਡ ਹੈ ਅੱਛੇ ਤਰੀਕੇ ਨਾਲ ਚੱਲ ਰਹੀ ਹੈ। ਸੋ ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਆਪਣੇ ਹੀਟਰ ਜੋ ਰੂਮ ਹੀਟਰ ਹੁੰਦਾ ਹੈ ਉਸ ਦੀ ਰਿਪੇਅਰ ਕਰ ਸਕਦੇ ਹੋ। ਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ ਔਰ ਆਲ ਬੈਲ ਕਰੋ ਜੋ ਦੱਬੇ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਸੋ ਮਿਲਦੇ ਇਸ ਦੇ ਨਾਲ ਅਸੀਂ ਅਗਲੀ ਵੀਡੀਓ।